तक सरकारी नौकरी सरकार वालों किन्नी जारी की गई है ते किन्नियां नौकरियां नौजवानों नूं दित्तियां गईयां उहदे बारे सरकार स्पष्ट करेगी। 2500 रुपया जिहड़ा महीना इन्हां ने भत्ता देना सी ਉਹ ਕਿੰਨੇ ਨੌਜਵਾਨਾਂ ਨੂੰ ਹੁਣ ਤੱਕ ਇਹ ਦੇ ਚੁੱਕੀ ਤੁਸੀਂ ਇਹ ਦੇਖੋ ਇਹ ਸਭ ਤੋਂ ਵੱਡੀ ਠੱਗੀ ਜੇ ਪੰਜਾਬ ਦੇ ਨੌਜਵਾਨਾਂ ਨਾਲ ਇਸ ਮੁੱਦੇ ਤੇ ਅਨਇੰਪਲੋਇਮੈਂਟ ਅਲਾਉਂਸ ਦੇ ਮੁੱਦੇ ਤੇ ਸਰਕਾਰ ਨੇ ਮਾਰੀ ਹੈ 3.5 ਸਾਲਾਂ 'ਚ ਆਪਣੀ ਗੱਡੀ ਆਪਣਾ ਰੋਜ਼ਗਾਰ ਦੇ ਥੱਲੇ ਕਿੰਨੀਆਂ ਗੱਡੀਆਂ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਸ ਸਮਾਰਟ ਫੋਨ ਦੀ ਸਕੀਮ ਦੇ ਤਹਿਤ ਹੁਣ ਤੱਕ ਪੰਜਾਬ ਦੇ ਨੌਜਵਾਨਾਂ ਨੂੰ ਕਿੰਨੇ ਸਮਾਰਟਫੋਨਾਂ ਨੂੰ ਕਰੋਨਾ ਵਾਇਰਸ ਹੋ ਗਿਆ ਤੇ ਪੰਜਾਬ ਦੀ ਸਰਕਾਰ ਨੂੰ 3.5 ਸਾਲ ਹੋ ਗਏ ਕਰੋਨਾ ਵਾਇਰਸ ਹੋਇਆ ਪਿਆ ਨਾਲ ਸਾਨੂੰ ਹੋ ਕੇ ਤੁਹਾਡੇ ਸਾਹਮਣੇ ਗੱਲ ਰੱਖਣੀ ਚਾਹੁੰਦਾ ਸੀ ਉਹ ਸਭ ਤੋਂ ਵੱਡੇ ਵਾਅਦੇ ਇਸ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਸੀ ਤੇ ਅੱਜ 3.5 ਸਾਲ ਬਾਅਦ ਉਹ ਹਾਲਾਤ ਕੀ ਬਣੇ ਪਏ ਆ ਉਹਨਾਂ ਵਾਅਦਿਆਂ ਦੀ ਉਹ ਸਿਚੁਏਸ਼ਨ ਕੀ ਹੈ ਮੈਂ ਉਹਦੇ ਬਾਰੇ ਤੁਹਾਡੇ ਸਾਹਮਣੇ ਕੁਝ ਤੱਤ ਰੱਖਣੇ ਚਾਹੁੰਦਾ ਸੀ ਇਸ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵੱਡੇ ਵੱਡੇ ਵਾਅਦੇ ਕੀਤੇ ਹਰ ਵਰਗ ਨਾਲ ਕੀਤੇ ਚਾਹੇ ਉਹ ਕਿਸਾਨੀ ਨਾਲ ਹੋਣ ਚਾਹੇ ਗਰੀਬ ਭੈਣ ਭਰਾਵਾਂ ਨਾਲ ਹੋਣ ਚਾਹੇ ਵਪਾਰੀਆਂ ਨਾਲ ਹੋਣ ਚਾਹੇ ਕਾਮਿਆਂ ਨਾਲ ਹੋਣ ਬਟ ਜੇ ਮੈਂ ਨੌਜਵਾਨਾਂ ਦੀ ਗੱਲ ਕਰਾਂ ਬਿਕੋਜ਼ ਯੂਥ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਨੌਜਵਾਨਾਂ ਵੱਲ ਮੇਰੀ ਪ੍ਰਾਇਮਰੀ ਜ਼ਿੰਮੇਵਾਰੀ ਬਣਦੀ ਹੈ ਤੇ ਜਿਹੜਾ ਇਸ ਸਰਕਾਰ ਨੇ 3.5 ਸਾਲਾਂ ਵਿੱਚ ਨੌਜਵਾਨਾਂ ਨਾਲ ਵੱਡਾ ਧੋਖਾ ਕੀਤਾ ਹੈ ਉਹ ਅੱਜ ਮੈਂ ਤੁਹਾਡੇ ਸਾਹਮਣੇ ਸਾਰਿਆਂ ਦੇ ਰੱਖਣਾ ਚਾਹੁੰਦਾ ਕਾਂਗਰਸ ਦੀ ਸਰਕਾਰ ਜਦੋਂ ਹੋਂਦ ਚ ਆਉਣ ਸੀ ਕਾਂਗਰਸ ਪਾਰਟੀ ਨੇ ਆਪਦਾ ਮੈਨੀਫੈਸਟੋ ਜਾਰੀ ਕੀਤਾ ਸੀ ਸੋ ਸਭ ਤੋਂ ਵੱਡਾ ਜਿਹੜਾ ਇਸ਼ੂ ਮੈਂ ਯੂਥ ਅਫੇਅਰਸ ਦਾ ਜਿਹੜਾ ਚੱਕਣਾ ਚਾਹੁੰਦਾ ਸੀ ਇਹਨਾਂ ਦੇ ਮੈਨੀਫੈਸਟੋ ਚੋਂ ਇਹਨਾਂ ਨੇ ਬੜੇ ਵੱਡੇ ਵਾਅਦੇ ਕੀਤੇ ਸੀ ਜਿਹਦੇ ਚ ਇੱਕ ਤਾਂ ਸਭ ਤੁਸੀਂ ਜਾਣਦੇ ਹੋ ਕਿ 1 ਜੌਬ ਇਨ ਐਵਰੀ ਸਿੰਗਲ ਹਾਊਸ ਹੋਲਡ ਆ ਮੇਰੇ ਕੋਲੇ ਸਭ ਕੁਝ ਮਾਰਕਡ ਪਿਆ ਇਹਨਾਂ ਦੇ ਮੈਨੀਫੈਸਟੋ ਦੇ ਉੱਤੇ ਮੈਂ ਇਹਦੇ ਚੋਂ ਹੀ ਪੜ੍ਹ ਰਿਹਾ ਸੋ 1 ਜੌਬ ਇਨ ਐਵਰੀ ਹਾਊਸ ਹੋਲਡ ਦੇ ਹਿਸਾਬ ਨਾਲ 52 ਲੱਖ ਪੰਜਾਬ ਦੇ ਵਿੱਚ 2011 ਦੇ ਸੈਂਸਸ ਦੇ ਹਿਸਾਬ ਨਾਲ ਹਾਊਸ ਹੋਲਡਸ ਬਣਦੇ ਆ 52 ਲੱਖ ਨੌਕਰੀ ਦੇਣ ਦਾ ਇਹਨਾਂ ਨੇ ਵਾਅਦਾ ਕੀਤਾ ਸੀ ਇਹਨਾਂ ਦਾ ਜੇ ਮੈਂ ਅਗਲਾ ਵਰਕਾ ਥੱਲਾ ਇਹਦਾ ਇਹਨਾਂ ਨੇ ਇਹ ਲਿਖਿਆ ਸੀ ਕਿ ਐਟ ਐਂਡ ਟਿਲ ਦ ਟਾਈਮ ਦੇ ਆਰ ਪ੍ਰੋਵਾਈਡਡ ਅ ਜੌਬ ਈਚ ਦੇ ਵਿਲ ਬੀ ਪਾਰਟੇਕਿੰਗ ਆਫ ਐਨ ਅਨਇੰਪਲੋਇਮੈਂਟ ਅਲਾਉਂਸ ਐਟ ਦ ਰੇਟ ਆਫ 2500 ਰੁਪੀਸ ਪਰ ਮੰਥ ਸੋ ਜਿੰਨਾ ਚਿਰ ਉਹ ਨੌਕਰੀ ਨਹੀਂ ਮਿਲਦੀ 2500 ਰੁਪਈਆ ਮਹੀਨਾ ਅਨਇੰਪਲੋਇਮੈਂਟ ਅਲਾਉਂਸ ਇਹਨਾਂ ਨੂੰ ਦੇਣਾ ਸੀ ਉਸ ਦਾ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਇਸ ਵੱਡੇ ਵਾਅਦੇ ਦਾ ਇਹਨਾਂ ਦਾ ਅੱਜ ਤੱਕ ਦਾ ਰਿਜ਼ਲਟ ਕੀ ਹੈ ਜੇ 3.5 ਸਾਲ ਸਰਕਾਰ ਦੇ ਲਾ ਲਈਏ 52 ਲੱਖ ਨੌਕਰੀ ਜੇ ਇਹਨਾਂ ਨੇ 5 ਸਾਲ ਚ ਦੇਣੀ ਸੀ ਤਾਂ 1 ਸਾਲ ਦੀ ਤਕਰੀਬਨ 10 ਲੱਖ ਨੌਕਰੀ ਬਣਦੀ ਹੈ 3.5 ਸਾਲ ਦੇ ਵਿੱਚ 35 ਲੱਖ ਨੌਕਰੀ ਇਹਨਾਂ ਦੀ ਦੇਣੀ ਬਣਦੀ ਸੀ ਇਸ ਸੂਬੇ ਦੇ ਨੌਜਵਾਨਾਂ ਨੂੰ ਤੇ ਅੱਜ ਤੱਕ ਸਰਕਾਰੀ ਨੌਕਰੀ ਸਰਕਾਰ ਵੱਲੋਂ ਕਿੰਨੀ ਜਾਰੀ ਕੀਤੀ ਗਈ ਹੈ ਤੇ ਕਿੰਨੀਆਂ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਉਹਦੇ ਬਾਰੇ ਸਰਕਾਰ ਸਪਸ਼ਟ ਕਰੇ ਦੂਜਾ ਸਵਾਲ ਮੇਰਾ ਸਰਕਾਰ ਨੂੰ ਹੈ ਕਿ ਅਨਇੰਪਲੋਇਮੈਂਟ ਅਲਾਉਂਸ 2500 ਰੁਪਈਆ ਜਿਹੜਾ ਮਹੀਨਾ ਇਹਨਾਂ ਨੇ ਭੱਤਾ ਦੇਣਾ ਸੀ ਉਹ ਕਿੰਨੇ ਨੌਜਵਾਨਾਂ ਨੂੰ ਹੁਣ ਤੱਕ ਇਹ ਦੇ ਚੁੱਕੇ ਤੁਸੀਂ ਇਹ ਦੇਖੋ ਇਹ ਸਭ ਤੋਂ ਵੱਡੀ ਠੱਗੀ ਜੇ ਪੰਜਾਬ ਦੇ ਨੌਜਵਾਨਾਂ ਨਾਲ ਇਸ ਮੁੱਦੇ ਤੇ ਅਨਇੰਪਲੋਇਮੈਂਟ ਅਲਾਉਂਸ ਦੇ ਮੁੱਦੇ ਤੇ ਸਰਕਾਰ ਨੇ ਮਾਰੀ ਹੈ ਜੇ ਅਨਇੰਪਲੋਇਮੈਂਟ ਅਲਾਉਂਸ 2500 ਰੁਪਈਆ ਮਹੀਨਾ ਜੇ ਇਹ ਦਿੰਦੇ ਹੈ ਤਾਂ ਇਹਨਾਂ ਦਾ 1250 ਕਰੋੜ ਰੁਪਈਆ ਪਰ ਮੰਥ ਨੌਜਵਾਨਾਂ ਵੱਲ ਅਨਇੰਪਲੋਇਮੈਂਟ ਅਲਾਉਂਸ ਜਾਣਾ ਚਾਹੀਦਾ ਤੇ 3.5 ਸਾਲਾਂ ਚ ਇਹ 1250 ਕਰੋੜ ਜੇ ਮਹੀਨੇ ਦਾ ਤੁਸੀਂ 42 ਮਹੀਨਿਆਂ ਨਾਲ ਗੁਣਾ ਕਰੋ ਤਾਂ ਇਹ ਤਕਰੀਬਨ 55,000 ਕਰੋੜ ਰੁਪਈਆ ਬਣ ਜਾਂਦਾ ਹੈ ਜਿਹੜਾ ਪੰਜਾਬ ਦੇ ਨੌਜਵਾਨਾਂ ਦਾ ਸਰਕਾਰ ਖਾਈ ਬੈਠੀ ਹੈ ਦੂਜੀ ਗੱਲ ਇਹਨਾਂ ਨੇ ਨੌਕਰੀਆਂ ਦੇਣੀਆਂ ਤਾਂ ਕੀ ਸੀ ਇਹ ਉਲਟਾ ਔਨ ਦ ਕੌਂਟਰਰੀ ਇਸ ਦੇ ਉਲਟ ਮਹਿਕਮਿਆਂ ਦੇ ਵਿੱਚ ਨੌਕਰੀਆਂ ਘਟਾਉਣ ਲੱਗ ਗਏ ਆ ਰੀਸੈਂਟ ਐਗਜ਼ਾਮਪਲ ਆਪਣੇ ਸਾਹਮਣੇ ਵਾਟਰ ਰਿਸੋਰਸਿਸ ਮਹਿਕਮੇ ਦੀ ਰੀਸਟਰਕਚਰਿੰਗ ਦਾ ਆ ਕੈਪਟਨ ਸਾਹਿਬ ਦੀ ਖਬਰ ਹੈ ਜਿਹਦੇ ਚ ਉਹਨਾਂ ਨੇ ਇਹ ਕਿਹਾ ਕਿ 24,260 ਪੋਸਟਾਂ ਸੀ ਵਾਟਰ ਰਿਸੋਰਸਿਸ ਮਹਿਕਮੇ ਚ ਇਹਦੇ ਚੋਂ 8,900 ਪੋਸਟ ਅਸੀਂ ਅਬੋਲਿਸ਼ ਕਰ ਰਹੇ ਹਾਂ ਤੇ ਇਹ ਪੋਸਟ ਕਿਹੜੀਆਂ ਕੋਈ ਬੇਲਦਾਰ ਹੈ ਕੋਈ ਪਟਵਾਰੀ ਹੈ ਜਿਹੜੇ ਆਮ ਨੌਜਵਾਨਾਂ ਨੇ ਪਿੰਡਾਂ ਦੇ ਨੇ ਨੌਕਰੀਆਂ ਲੈਣੀਆਂ ਸੀ 36%
ਟੋਟਲ ਵਾਟਰ ਰਿਸੋਰਸਿਸ ਮਹਿਕਮੇ ਦੀਆਂ ਜਿੰਨੀਆਂ ਪੋਸਟਾਂ ਹੈ ਉਹਦਾ 36% ਇਹ ਸਰਕਾਰ ਨੇ ਅਬੋਲਿਸ਼ ਕਰਤਾ ਹੈ। ਨਵੀਆਂ ਨੌਕਰੀਆਂ ਇਹਨਾਂ ਨੇ ਕਿੱਥੋਂ ਦੇਣੀਆਂ? सेंट्रल पे स्केल से भर्ती करने की गल की। क्यों पंजाब दियां पे स्केल्स हमेशा, क्योंकि बादल साहब ने लागू कीतियां सी, पंजाब दियां पे स्केल्स दूजे सूबियां नालों ते सेंटर नालों वध सी। ते हुन नवा पे कमीशन तो इन्होंने की देना है, इन्होंने सेंट्रल पे स्केल्स से भर्ती करन दा जे कोई कीती तां ओ भी फैसला सरकार ने ले लिया। एक 3.5 साल अज सरकार नू हो गए, सरकार इधर उधर दियां गल्लां करके पंजाब दे नौजवानां दा ध्यान भटकाउण दी कोशिश कर रही है। सरकार असली मुद्दे जिन्हां ते वादे कीते सी, जिहड़े वादे करके सरकार होंद विच आई सी, उन्हां गल्लां ते सरकार आउण नूं तैयार नहीं, क्योंकि जवाबदेही लोकां नूं करनी पैणी है। मैं तां सरकार नूं कहिंदा, ओह कहिंदे हुंदे ना तूं इधर उधर की ना बात कर, ये बता कि काफला क्यों लुटा। तुसीं मुद्दे दी गल ते आओ। मेरे अज 5-6 सवाल है, मैं बहुता लंबा नहीं जाणा। सरकार नूं मैं पुछना चाहुंदा है कि 3.5 सालां दे विच किन्नियां सरकारी नौकरियां पंजाब दी सरकार ने पंजाब दे सूबे दे नौजवानां नूं दित्तियां? मेरा पहला सवाल, 3.5 सालां दे विच किन्नियां नौकरियां पंजाब सरकार ने सूबे दे नौजवानां नूं दित्तियां? दूजा सवाल, सरकार दा वायदा सी कि 2500 रुपया महीना बेरोजगारी भत्ता असीं पंजाब दे नौजवानां नूं देवांगे जिन्ना चिर सरकारी नौकरी नहीं मिलदी। पंजाब दे अंदर किन्ने नौजवान है जिहड़े 2500 रुपया महीना भत्ता सरकार तों लै रहे हैं, जिन्हां नूं सरकार दे रही है? ये मेरा दूजा सवाल। तीजा सवाल मेरा, सरकार दा एक होर वायदा सी, मैं अज सारे जिहड़े नौजवानों दे वायदे है इन्हां दे वो खोल के बैठा है। इन्होंने कहा सी कि जिहड़ी पोस्ट मैट्रिक स्कॉलरशिप है एससीज दी, वो लाइन की सी, पोस्ट मैट्रिक स्कॉलरशिप फॉर एससी स्टूडेंट्स विल बी फुली डिस्पर्स्ड ऑन टाइम। मैं सूबे की सरकार नूं पुछना चाहुंदा कि 1837 करोड़ रुपया जिहड़ा पंजाब दे सूबे ने हजे तक देना है एससी स्कॉलरशिप्स दा, इन्हां दे वादे दे उल्ट वो पेंडिंग क्यों है? ते उस जिहड़ा उस रकम दे पेंडिंग होण करके किन्ने साडे एससी भैण भरा है जिहड़े पढ़ाई तों वांझे हो गए? नंबर ऑफ स्टूडेंट्स जिहड़े 2017 तों पहलां वजीफा लेके नंबर ऑफ एससी स्टूडेंट्स किन्ने पढ़ते सी ते अज किन्ने हैं, इस गल का भी सरकार खुलासा करे। मैं आरटीआई भी इनफॉर्मेशन सारी सरकार तो लूंगा, क्योंकि इन्होंने अदरवाइज का जवाब देना कोई नहीं। चौथा वड्डा वादा इन्हों का सी, एक स्कीम बनाई सी अपनी गड्डी अपना रुजगार, भी हर साल असी 1 लाख टैक्सी या 1 लाख कमर्शियल वहीकल अनइंपलॉयड यूथ नूं देवांगे। 3.5 साल हो गए तो 3.5 लाख हुण तक गड्डियां या कमर्शियल वहीकल्स पंजाब दे नौजवानों नूं सरकार वल्लों दित्तियां जाणियां चाहीदियां सी। 3.5 सालां च अपनी गड्डी अपना रुजगार दे थले किन्नियां गड्डियां पंजाब दी सरकार ने पंजाब दे नौजवानों नूं दित्तियां? यह मेरा चौथा सवाल है। पंजवां सवाल, एक हरा ट्रैक्टर स्कीम इन्होंने भी आपदे मैनीफेस्टो च लिखी सी, सारियां मेरे कोले मैनीफेस्टो मैं खोली बैठा है। ये इन्होंने कहा कि 25,000 ट्रैक्टर पर ईयर सबसिडाइज्ड रेटा से असी पंजाब की किसानी के जिहड़े नौजवान किसानी करते हैं उन्होंने देवांगे। तो आपदे गप नूं आपदे झूठ नूं एक वधिया जामा बनाउण वास्ते ये भी लिखता कि 35 हॉर्सपावर तो 50 हॉर्सपावर के ट्रैक्टर देवांगे असी नौजवानों नूं। मैं ये सवाल पूछना चाहना है कि 3.5 साल हो गए 1 लाख के नेड़े ट्रैक्टर बनता है, किन्ने ट्रैक्टर हरा ट्रैक्टर स्कीम के तहत पंजाब के नौजवानों नूं सरकार ने दे चुकी है 3.5 साल? मेरा पंजवां सवाल, इन्होंने कहा कि यारी एंटरप्राइजेज एक स्कीम रखी सी जिहदे च 5 लाख तक की रकम 30% सबसिडी सरकार ने देनी सी जे कोई नौजवान कट्ठे होके कोई एंटरप्राइज कोई कारोबार शुरू करना चाहते। किन्ने पंजाब दे नौजवानों नूं
इस सबसिडी का लाभ पंजाब की सरकार ने 3.5 साल दिता, सरकार इस गल का भी जवाब दे। स्मार्टफोन्स का वादा पंजाब के नौजवानों नाल कीता सी, 3 साल तो पहला लारे लाई गए कि अज टेंडर हो गया, कल नू आ जाने हैं, परसों आ जाने हैं, हुण कहिंदे कि स्मार्टफोनां नू करोना वायरस हो गया। स्मार्टफोनां नू करोना वायरस हो गया तो पंजाब की सरकार नू 3.5 साल हो गए करोना वायरस होया वै। मैं सरकार नू पुछना चाहुंदा है कि इस स्मार्टफोन की स्कीम के तहत हुण तक पंजाब के नौजवानों नू किन्ने स्मार्टफोन दिते।